ਕਿੱਥੋਂ ਮੈਂ ਗੁਜ਼ਰਦੀ ਮੈਂ ਬਹਾਰੀ ਕਟੜਾ ਦੀ ਅੰਮਾ ਮੈਂ ਅਕਬਰ ਦੇ ਖੂਨ ਦੀ ਖੁਸ਼ਬੋ ਭਈਆ ਵੀ ਅੰਮਾ ਸਾਹਮਣੇ ਫਿਰਾ ਦੀ ਕਬਰੀਆ ਦੀ ਪੈਸਾ ਨਹੀਂ ਗਰੀਬਾ ਦੇ ਮੇਰੀ ਮਨ ਨਾਥ ਗੁੱਸੇ ਵਾਰ ਅਦੀ ਅੱਛਾ ਸਜਾ ਇੱਥੇ ਹੀ ਉੱਠ ਮੱਠੇ ਖਾ ਮੈਂ ਬੇਰਾ ਨਾਲ ਕੋਈ ਗੱਲ ਕਰਨੀ ਹੈ ਬੇਣੀਆਂ ਨੇ ਬੈਠੇ ਹੋ ਕਰ ਬਲ ਦੀ ਸਰਹੱਦ ਤੇ ਖੜ ਕੇ ਇੱਥੇ ਉਮਰ ਮਸਾਇਬ ਕਲਾਮ ਤਕਮੀਲ ਤੇਰੀ ਦਾ ਆਖਰੀ ਪਰਚਾ ਪਈ ਬੈਂਦੀਆਂ ਦੇਵਾਣਾ ਸ਼ਾਨ ਨੂੰ ਸਮਝ ਆਵੇ ਰੋਵੇ ਕਬੀਰ ਤੇਰੀ ਦਾ ਆਖਰੀ ਪਰਚਾ ਪਈ ਬੈਂਦੀਆਂ ਸੁਣ ਬੈਠੋ ਮੈਂ 1,24,000 ਨਬੀ ਨੂੰ ਬਚਾਏ ਫਿਰਾ ਫਿਰਾ ਨੂੰ ਬਚਾਏ ਪ੍ਰੇਮ 1,24,000 ਨਬੀ ਦੀ ਮਿਹਨਤ ਬੱਚੇ ਨੇ ਫਿਰਾ ਦਾ 1 ਨਹੀਂ ਲੱਗਈ ਤੇ ਫਿਰਾ ਬੱਚੇ ਨੇ ਵੇਣ ਦੇ ਕਈ ਸਾਲ ਲੱਗ ਗਏ ਪੈਂਤਾ ਦੀ ਖੜੀਏ ਤਕਮੀਲ ਤਲੀ ਦਾ ਖਰੀ ਪਰਚਾ ਪਈ ਬੈਂਦੀਆਂ ਆਖਰੀ ਸਮੇਂ ਸਲਾਮ ਥੱਕ ਪਈਆਂ ਟਿਕਸ਼ਾ ਪੋਸ਼ਾ ਮੇਰਾ ਆਖਰੀ ਸਮੇਂ ਸਲਾਮ ਮਹਾਰੀ ਬਚੜਾ ਜੀ ਉੱਠ ਕਿਉਂ ਟੋਰੇ ਨੀ ਆਦੇ ਅਮਰ ਕੰਡ ਜ਼ਖਮੀ ਹੈ ਅੱਛਾ ਮੇਰਾ ਲਾਲ ਟੋਰੀ ਜੋ ਲੇਕਿਨ ਮੱਛੇ ਟੋਰ ਮੈਂ ਆਖਰੀ ਗੱਲ ਤੇਰੇ ਕਬਰ ਨਸੀਬੇ ਤੇਰਾ ਨਾਨਕਾ ਸ਼ਾਇਰ ਤਾਂ ਦੂਰੇ ਵੀਰੋਂ ਹੀ ਪਿਓ ਦਾ ਸ਼ਹਾਰੇ ਬਾਬਾ ਕਰਬਲਾ ਦੇ ਜ਼ਬਾਨ ਹੱਥ ਖੜਾ ਕਰੋ ਅਲਹਮਦੁਲਿਲਾ ਬਹੁਤ ਸਾਰੇ ਬੈਠੇ ਨੇ ਜਿਹੜੇ ਨਿਵੇ ਗਏ ਬੀਬੀ ਮੋਰਾ ਲਾਵੇ ਕਰਬਲਾ ਵੰਨੋ ਬਾਦਸ਼ਾਹ ਕੋ ਤੋੜ ਅਕਬਰ ਦੀ ਮੁਕਾਂ ਡਿਓ ਮੈਂ ਵੀ ਕਈ ਦਫ਼ਾ ਦਾ ਅਲਹਮਦੁਲਿਲਾ ਗਵਾਰਾ ਬੈਣੀ ਮੇਰਾ ਮੁਸ਼ਾਹਿਦਾ ਹੈ ਤਜਰਬਾ ਹੈ ਅੱਜ 12 ਵਜੇ ਸਲਾਹ ਰੱਖ ਗਵਾਰਾ ਅਸਰ ਰਾਤੀ 12 ਵਜੇ ਕਰਬਲਾ ਛੋਟੇ ਮੈਂਬਰ ਦੀ ਕਸਮ ਖਾਣਾ ਪਾਣੀ ਬੋਲ ਵੇਦਨ ਸਵਾਰ ਹੁਸੈਨ ਦੀ ਕਬਰ ਦੇ ਪਾਸ ਨਾਲ ਵਨ ਬਹਨੇ ਰੋ ਰੋ ਕਿਆ ਦਿਨ ਮੌਲਾ ਸਾਰੀ ਮੁਕਾਂ ਕਬੂਲ ਕਰੇ ਵਧ ਜੀਨਾ ਦੇ ਮੇਲੇ ਨਾ ਜਾ ਸਤਰੀ ਨਗਰੀ ਛੋੜ ਦੇਣੀ ਭਾਈ ਜੀ 3-3 ਘੰਟੇ ਕਾਫਲੇ ਲੇਟ ਹੋ ਦਿਨ ਫਲਾਂ ਸਵਾਰ ਬਾਬਾ ਨਹੀਂ ਲੱਭਦਾ ਵੰਜਨ ਤਾਂ ਹੁਸੈਨ ਦੀ ਕਬਰ ਨਾਲ ਬੈਠਾ ਸੀਤਪੁਰ ਵਾਲੇ ਇਹ 1400 ਸਾਲ ਬਾਅਦ ਸਿਰਫ ਨਾਮ ਜਪਣ ਵਾਲੇ ਸਵਾਰ ਜਿਹੜੀ ਬੰਨੇ ਤੋਂ ਪਈ ਗੁਜ਼ਰਦੀ ਹੈ ਸੱਚੀ ਦੇ
ਤੇ ਰੋ ਰੋ ਕੇ ਆਉਂਦੀ ਰਹਿੰਦੀ ਹੈ, ਮੇਰਾ ਇਹੋ ਸਫ਼ਰ ਅਖੀਰੀ ਹੈ, ਨਿਮੇ ਵਤਨ ਤੇ ਕਬਰ ਨਸੀਬੇ, ਇਹਦਾ ਨਾਨਕ ਸ਼ਾਇਰ ਤੰਦੂਰ ਹੈ ਵੀਰੋ ਨਹੀਂ ਪਿਓ ਦਾ ਸ਼ਾਰ ਕਰੀ ਮੈਨੂੰ ਦੇਖਿਆ ਦਾ ਵਾਸਤੇ ਮਰ ਗਈ ਅਸਵਾਵਨ ਭਾਵ ਬਿਸਮਿਲ੍ਲਾ ਕਰਾ ਟੁਰ ਪਈ ਦਮਿਸ਼ਕ ਦੇ ਬਹਿਰ ਨੂੰ ਮਿਲਾ ਤੇ ਜਾਗੀਰ ਜਾਫਰ ਚ ਪਹੁੰਚ ਗਈ ਮੇਰੇ ਵੀਰ ਦੇ ਸਾਰਾ ਲਈ ਸਾਫ ਦਰਖਤ ਨਾਲ ਖੜਾਈ ਮਾਫੀ ਵਜਦੇ ਖਾ ਦਰਖਤ ਮੌਜੂਦ ਤੁਰ ਗਏ ਸਜਣਾ ਦੀਆਂ ਨਿਸ਼ਾਨੀਆਂ ਚੰਗੀਆਂ ਲੱਗਦੀਆਂ ਮੈਂ ਉਹ ਦਰਖਤ ਨੇ ਦੀਆਂ ਫਿਜ਼ਾ ਵੱਲ ਹੋਇਆ ਦੀਆਂ ਫਿਰਾ ਦਾ ਜ਼ਿੰਦਾ ਮੁੜ ਗਈ ਅੰਮਾ ਕਿਵੇਂ ਮੁੜ ਗਏ ਹਰ ਦਰਖਤ ਦੀ ਤੈਨੀ ਟੁੱਟਾ ਲੱਖੂ ਮੈਂ ਸਫੈਦ ਰੰਗ ਦੇ ਪੱਖੀ ਹੈ ਗਰਦਨਾ ਗਰਦਨਾ ਪੈਂਦੇ ਥਾਂ ਦਿਨ ਤੇ ਮਰ ਪੈਂਦੇ ਸੈਯਦਾਂ ਠੋਲੀ ਚ ਖੜਾ ਦੀ ਕਰੇ ਸ਼ਲਕੈ ਮੇਨ ਦਾ ਫਿਰਾ ਵੀ ਮੁਸਮਨ ਅਰਮਾਨ ਮੁਕਦੇ ਨੇ ਕੁਰਾਨ ਇਹਨਾਂ ਵੈਦ ਹੁਸੈਨ ਦੀ ਭੈਣ ਜਿਹੜੀ ਦਰਖਤ ਉੱਪਰ ਲਈ ਖੜੀ ਹੈ ਕਰਬਲਾ ਦੇ ਪਾਸੇ ਮੂੰਹ ਕਰਕੇ ਆ ਗਈ ਹੁਸੈਨ ਭੈਣ ਦੀ ਗੁਰਮਤ ਦੇਖ ਪੱਖੀ ਮਰਦੇ ਵੰਦਨ ਭੈਣ ਜਿੰਦੀ ਆਈ ਰੋਵਣ ਤੂੰ ਹੀ ਮੁਖਾਣੀ ਆਪਣੇ ਦੌਰ ਦੇ ਸਿਮਰ ਮੈਂ ਮੁਖਾਣੀ ਕਿਵੇਂ ਆਖ ਮੈਂ ਤਾਂ ਕੁਝ ਜ਼ਿਆਦਾ ਹੀ ਜ਼ੁਲਮ ਕੀਤਾ ਹੈ ਹੁਸੈਨ ਦੀ ਭੈਣ ਦੇ ਹੱਥ ਛੁੱਟ ਗਏ ਕਿਉਂ ਦੀ ਧੀ ਮਤ ਨਬੀ ਦੀ ਕੀਤੇ ਦੂਠੀ ਵਾ ਅਸੀਂ ਥੱਕਣ ਸੁਣੇ ਬਾਈ ਸ਼ਰਮ ਤੂੰ ਗਈ ਮਤਾ ਲੋਕ ਆਖਿਆ ਬਾਬਾ ਵੀ ਸੀਤਪੁਰ ਵਾਲੇ ਪਰਦੇ ਸਿੰਘ ਮਾਂ ਮਰ ਗਈ ਮਾਂ ਕੋ ਕੀ ਤਸਤਫਾ ਨੂੰ ਇੱਕ ਨਹੀਂ ਰਿਹਾ ਦੋ ਤਰੇ ਚਾਰ ਪੰਜ ਮੈਂ ਤੇ ਕਸਮ ਦੀ ਨਾਮ ਜੋ ਮੈਂ ਆਖਿਆ ਇਤਨੇ ਰਿਹਾ ਪਹਿਲਾਂ ਥੀ ਵੀ ਨਾ ਚੌਥੇ ਨਾਲ ਮੁਲਾਕਾਤ ਪੈਰਾਂ ਦੀਆਂ ਤਲੀਆਂ ਪਹਿਲੇ ਚੁੰਮੇ ਜੋ ਜ਼ਖਮੀ ਮੂੰਹ ਹੋਏ ਉਹਦੇ ਬਾਅਦ ਪੁੱਛੇ ਜੋ ਟੁੱਪੀ ਦੀ ਕਬਰ ਤੇ ਠੁੱਕ ਨਹੀਂ ਰਿਹਾ ਪਹਿਲੇ ਬੱਚੜੇ ਜੀਵਨ ਟੂਰੀਏ ਤਰੇ ਪੰਜ ਤਿਆਰੀ ਕੀਤੀ ਇਸ ਅਕਲ ਮਾਰ ਕੇ ਤੇ ਡਾਡੀ ਆਦੀ ਤੂੰ ਤਾਂ ਚੁੱਪ ਕਰ ਗਏ ਤਲੀਆਂ ਦੇ ਕਿਉਂਕਿ ਰੱਤ ਭਰੀ ਡਾਲੀ ਚੁੰਕਿਆ ਦੀ ਕਿਹੜਾ ਵਤਨ
میرا ممبر کے ہاتھ چھوی محرم میں سید تو کہندا ہی نہیں سکا جڑا آئیے نا جناب سیدہ دی دہلیز تے بہ گئی اپنے آپ کا دی دروازہ ہے جتنا نبیاں دا نبی رک دے اگر میری نیت پسند آسنے دا اتھاؤں گھن ویسے تو تا چپ کر گئے یا گل مکی نئی پاس نہ لو آدھا فضا بھی آگئی دویا کنا لیا تیرا کیا دینا تیری دی بطور حسنائن دنانا دنی میں او دیئے ہوئے تو میں حسنائن اما سزائے بی بی پاک کلی بادشاہ بہن سزائے علی زین العابدین کے محمد پاک کے راڈی سزائے ممبر کی قسم میں کہتا ہی نہیں سزا بہت بڑی وفتا اور مستورے بی بی غازی عباس دی وفا مشہور بڑا وفادار ہے کوئی شک نہیں لیکن وفا کی دی اس بیوی دے پتراں نال وفا کی دی اس بیویاں دھیاں نال لیکن کچھ نہیں وطن دی نہیں خون دی نہیں وفا دی بھائی حد آج تک وفا پہ چلیں دی جڑے شام دے زوار ہو آج تک الحمدللہ میں کئی دفعہ دا زوار آؤں جیڑے بندے دا مشن حسین تھوڑا جہا حصہ بھی ہے نہ کھاؤ مرد یا مزدور انہاں دے شام وچ روزے بن گئے اتنے سونا دے چڑھاوے چڑھے ہوئے منے من ایک جناب فضا ہے جن کی کچی قبر ہے میں پوچھا اتھے علماء طلباء تو ان کی وجہ کی ہے ادن قبلہ خمینی صاحب دے دور تو گورنمنٹ اذان ہے ایران ای تگو دو چھین ویندا روزہ بڑھاؤ بڑا من نہیں دیتی جائے ویلے بڑا من لگنا تے میرا روزہ بڑے دی ہو جدی دائی سڑی دیا ہوں دی کچھی کبر دے دھوک دے آج تک وفا ہے بھائی آج تک مون سون میں بسم اللہ کرا داری بطن جلو ہوں آدھ یہ کیا خبر تھا آج تک وفا ہے چاہتا آدھی حسین دی ماں دی قبر دھپتے ہی میں روزے بڑھ کر داری وطن آدھی کیڑا وطن غریب آدھے مدینہ آدھی میں رہی ہو مدینہ جی تھا اکبر دی ماں دی قبر صدقے تھی پکما آدھے داری و سارے حقی دعا کر ود کے بچڑے کو ہاں نہ لیس پیشانی چمکیا دیے جنا باکر کو شیر پاوے میں بھی اطلاع نہیں میں واہ واہ شالا رت سکھمنی پیو پتر تر پے پھڑ کے دے دی رہی چٹیاں داڑیاں والے بنا ہی کمزور اس این وی ٹھس جے لے اکھی کھول تھی گئے مزار دے نال بیٹھی سجاد قبر تے رکھیا دیے وطن نال ٹر گئے حالیہ بی بی آدھی دعا من شل خیر نال وجہ زمانہ تو شبہ کیا بات ہے کیا بات ہے رومن علی لوگوں حد مقال کی صفا دی چاچا تہجد پڑھیا نماز واجبہ تاکیبات نماز قرآن پاک دی تلاوت اپنی چادر نال بی بی دی مزار بخاری دی سید پورا لے اللہ جانے کتھو کی دیا سی مشک مشک چاہ کے پانی بھر کے چورستے دیا کر دیا یہ لوگوں کو پلا گیا پانی ادیا قبر علی دا صدقہ پانی پیو تو سا پیو سارے ماں دیا مڑا کے تسے کس گئے ایک لیندہ واقعی ہے بھائی جی پانی پلیں دی کریے ایک گھوڑے سوار زین چھوڑی مجھے بچ ہتھ مارے چند دینار درہم مدھا کے اندر ضعیفہ چادر کتنے چاہ اللہ جانے تو سکتے بیٹھے سکتے ہو اللہ گواہ سب قدم پچھاٹ گیا دیا اپنے کو رکھ میں کوئی غریب دعا ماشاءاللہ میرے بچڑے دی رکھ سکتے بسم اللہ بسم اللہ
نہیں گزرتے گئے اگوئی جمعرات دی رات زہرین پڑھیے سجاد مدار تیرا کیا دی اگر تیری اجازت ہوئے تو حسین دی دھیر ملا جڑے شام دے زوار بیٹھے ہو اللہ گواہ نو میل منزلے بی بی مسافر شام دی مزار زخمی کرنا والی بی بی دی مزار بھائی جی نو میل دوریے ہوں تو راہ سڑکیں ملے پہاڑ نو میل بند کر کے مسافر والے قبرستان دے نال کھڑیے نیل آتا پیا ایک سپاہی کا سلام ملائے اس سلام کا جواب دیتے تیو سر چاہ کے اگر فضا ہے رو سکتا ہے تو میرے لے بھاوے جو دمشقی آئی بائے پس منہ کر کے دے وا تھلی دیا دھیا نالن یا کل ہی ہے واہ 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 تلی دیا دھیا نالن یا کل ہی ہے آدھی ہاں کل ہی این قبرستان حسین دا پتر بھین دا فنا کی آئی بچڑا سپاہی میری بنا ہی کمزور ہے میں کو دسینا حسین دی دھی دی تبر حد زیفہ قبرستان جوان جمعرات دی راتے ہر وارث والی قبر تے دیوہ ہو سکی چکی جاتے جیدی قبر تے دیوہ نہ ہوئے سمنے سجا دی بھین دی قبر ہے اللہ گواہ اٹھ دی باندھی مسوما دی مزار نہ لا بیٹھی سجاد قبر تیرا کیا دی ڈاڈی ملانا ہی ہے مزار ہر گئی مسوما دی ڈاڈی اما کو سجاد کا پتا رد رک گئی اس جاؤں میں رو گئے جناب فضا دن مسوما تیرے دکھ یاد کر کر کے تیرا بھرا ودا بن گئی جڑے اوکے اوکے سوال کریں دیا بھرا دے بھرا کو کھا گئے نہیں بھولنا تیرے بھرا کو تیرا کفن نہ دے بنا ہائے میں بسم اللہ کراؤں اللہ جانے دیوے بالاں دا سامان کتھوں کی دس بھائی دیوہ بال کے تر پئی تہجد دے لے پہنچی ممبر دی قسم ہے گلا کرنی سوکھیاں نبھاونی اوکھیاں ہزادار بزرگ کے سید بیٹھے ہو سنی شیعہ دا مجمع 35 سال کلے قبر تے گزارے نے 35 سال بھائی جی چاچا سر 35 نہیں کوئی نہیں لکھے گا 35 سال کلی قبر ہائے او میں صدقے تھی پوا تیرا آخری جمعرات آئیے سر زندگی دی آئیے مسوما دی قبر تیری و بال کے چاچا اٹھن لگی بلا لال چھڑ کہ مسوما دی مزار کو ہاں نہ لا کے دی اگلی جمعرات دے نام تے رنجی نہ تھیویں ہن میں ٹر نہ سکدی شالا بچے اللہ کر یار پتہ ہی زندگی دا ہائے میں صدقے تھی پوا والائی بھائی تہجد نماز واجب قران پاک دی تلاوت مشک چاہیے سو اٹھا اٹھی نہیں سکی اے 95 ہجری اتھائے حالت انہوں ولید بن عبد الملک بن مروان ہیلین میرے چوتھے امام کو زہر دی رہے میں درانا جڑا بچہ وطا سی نا جڑا اکھی جو نکل گیا آئی نکل گیا آئی باقی موہ چکی جا جڑا جگر بچہ وطا ہی سجاتا ٹکڑے بہر بیانے محمد باقر دی جھولی میرے چوتھے امام دا سرے کہلے اکھی کھلیں دے کہلے بند کریں دے تے رو رو کیا دے ہائے شام ہائے آلیہ ہائے تیدا پردہ تو کوئی بزار اگڑا دی ہاں ہے بہت سنے آسو بھائی بہت سنے بی بی پاک دی مدار کہانا لاکے دی آلیہ بیٹا توارے جو کوئی میں کوئی دھی سنے دے کوئی بہن کوئی اممہ کوئی دادی اے ہے جنگل اے میں مر گئی ہوں توڑا لوگ شکوت مزار علی دی مزار حلی اگر دعا ماں سال خیر ڈاڑی گلے نے دے مار نہ حق کر ترائے حق لا ماری نس کوئی نہیں آیا رو کیا دیا کوئی نہیں آیا علی آگے ایک دفعہ بد سا رو کیا دیا سجا آج
बाजार रोलन वाली दादी मरण वाली आई वाला सखत नहीं दी रात हमेशा जगारे भाई यासीन नाल प्यारे हुकु भाई मैं बहुत सारा सफर करके आया एक जुमला मैं पढ़दा दुआ कराए जिंदगी दा कोई पता नहीं सी जरा पढ़ावे भाई दिया दे पढ़ने में रोवण वाला बुजुर्ग इन तड़पा मेरे इमाम जी पक्षी प्याज लगने हाय सैयद आदम मोहम्मद बाकर छिका थी मेरी गल सुन जान ने मोहम्मद बाकर ने छिका थी मेरी गल सुन मोहम्मद बाकर छिके थे बाबा हुकम गाल चवाई पा गया दरवान शाम दे बाहर दादी थे कहिए बदली मार दिखा मेरी पदावार से कल दीवान बताऊं दी दिला घबरा यकम तो नौकरी ने वाले ये सारे इम्तिहान में भी देखा पदावार से कल दीवान बताऊं दी दिला शरीफा खुशाल पाला वाली नहीं भूल दे वकात शरीफा खुशाल पाला वाली मैं कुमोश न कफार दे याद दे चे पर जादी को कफना इजाज़े मत ना मेरा पंजवा इमाम तमिश्ता मेरे लिए बड़ा रोना है जनाबे सैयद आदि कनीली का असर के लिए इनाम के मिले मेरे लिए कि भाई आलिया की खबर ना चाचा सी सुती हुई अब ऐसे दिन अखी बंद सलाम सदा सुनिए बीबी मेरा सलाम सलाम का जवाब लेके दिखाने आज मलकल माता अल्लाह गवाह इशारा करके अभी अल्लाह मेरे मेरे नाम है मेरे वारिस नहीं आए आज मेरे रूह का कर करे मैं कर लिया अल्लाह गवाया थकलिए दादी सदा भाई जी कुछ सचे यार लाहिल में दी भी बैठवा दो दूसरे याद रहे ए ओ मस्तूरे के जिंदगी दे फीसा अल्लाह दे कुरान कलाम कुरान तो बगैर कलाम ही नहीं मोहम्मद बार चला दंडा दी सलाम आदि ठिका थी आदा हरी दिखा की में लथी आई मैं मार दी कसा में अपना परिवार फिया दी दो शाम गाय डाल वही भैया में गाड़ी कनीशी सजा गाड़ी आदि कदर बड़ा गया कि मेहरा दे अखबार भी अक्षर बना दे
خوش نصیبی دے بی بی علی محمد باقی بابا نے بھی آیا کوشش جو اگے بہو دکھی ہے اے درد دے کے دوائی دے علی محمد باقر میں کو دسا بابا کیوں نہیں آیا تب کو سبے پیاد باب کو زہر مل گئی ہے موت بھل گئی اس چلے پہ آدھی میں سب کے تھی وہاں اگا زہر کو دا پچھا لگا خوش نصیبی ہے محمد باقر دا سانو اے جناب فطرت بھائی دی سب اللہ کو روح دتے رب دا منتن میں اگر اللہ شکیرم جناب سیدا اے اس نے حضور خدا اللہ کے خوش رفتا اللہ دی کائنات وچ پہلا جناب ہے ایک میت ہے تو ایک لو منا Yeah.
پیو دا سر جوڑ چکا ہے سچ کر کبھی کے مہرا کی آئی فرمندن داری دا حال ہے مدد تھی گئی نہیں تو فرما رو کیا دے ہائے میری بازار چھوڑ ڈالی دادی دنیا چھوڑی میرے چوتھے ماں غسل کفن ہویا جنازہ پاک نے ماں پڑھایا جنت الفقی چاچا قبر تیار آئی اللہ گلا اے پیو دا میت ہاون دے دو ہاتھ وہرائے ہاون دے پھر آیا محمد میں تیرا دے کون اے اج سنا تیرا چاچا اے یت مارا جنات مار منا شفا کی میت ہاو گئی اے آدا اکبر خدا سنا چما زکھا بکھے ہاون واہ بند پر دیواں زندگی دا کوئی پتہ نہیں پیو کو دفن آیا رات نہیں رکدی اللہ گلا آیا ہاتھ چاہتے آتا بیٹھے ہوئے لاکھ نام لو میدا سخمی بابا پیا کردہ ہے دنیا کو کوش سفر گیا ہی خوند وچ سننی دان ہے سجنا توفیق
ਜਵਾਨਾਂ ਦੀਆਂ ਜ਼ਿੰਦਗੀਆਂ ਦਰਾਜ਼ ਫਰਮਾ, ਬਜ਼ੁਰਗਾਂ ਦੇ ਸਹਿਬ ਸਹਿਬ ਮਹਿਮਰਾ ਇਹਨਾਂ ਦੇ ਇਸ ਤਖਰ ਤੇ ਸਲਾਮਤ ਰੱਖ ਜਨਾਬ ਸੈਯਦਾ ਉਲੀ ਹਜ਼ਰਤ ਸਸਕੇ ਮਰਫਤ ਹੁਸੈਨ ਇਮਾਮ ਹੁਸੈਨ ਦਾ ਬਹੁਤ ਵੱਡਾ ਜ਼ਾਕਿਰ ਬਣਾ, ਸਦਕਾ ਇਮਾਮ ਹੁਸੈਨ ਦੇ ਜ਼ਿਕਰ ਦਾ ਸਾਰੇ ਹਾਲ ਕਰਾਮ ਫਰਮਾ। ਅੱਲਾਹੁਮਾ ਸੱਲਿ ਅਲਾ ਮੁਹੰਮਦ ਆਲ ਮੁਹੰਮਦ ਫਰਜ ਅਲਾ ਮੁਹੰਮਦ।